ਅੱਜ ਰੇਲਵੇ ਸਟੇਸ਼ਨ ਦੇ ਉੱਤੇ ਪਿੰਡ ਲਾਲ ਗੰਨਾ ਸੰਘਰਸ਼ ਕਮੇਟੀ ਅਤੇ ਫੋਰਸ ਜਾਵਰੀ ਕਿਸਾਨ ਨੂੰ ਚੱਕਦੀ ਹੋਈ ਅਤੇ ਮਿੱਲ ਬੰਦ ਕਰਨ ਕਰਕੇ ਗੰਨਾ ਕਿਸਾਨ ਰੋ ਰਿਹਾ। ਇੱਕ ਪਾਸੇ ਸਰਕਾਰਾਂ ਕਹਿੰਦੀਆਂ ਨੇ ਵੀ ਗੰਨਾ ਬੀਜੋ ਹੋਰਾਂ ਬੀਜੋ, ਇੱਕ ਪਾਸੇ ਉਹ ਹੋ ਰਿਹਾ। ਇਹ ਅੱਜ ਇਹ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਲੌਂਗੋਵਾਲ ਅਤੇ ਕਿਰਤੀ ਕਿਸਾਨ ਯੂਨੀਅਨ ਇਹਨਾਂ ਵੱਲੋਂ ਇਹ ਧਰਨਾ ਸ਼ੁਰੂ ਕਰਿਆ ਗਿਆ ਸੀ ਗੰਨਾ ਸੰਘਰਸ਼ ਕਮੇਟੀ ਵੱਲੋਂ। ਇਹਨੂੰ ਚੱਕ ਕੇ ਅੱਜ ਇੱਦਾਂ ਗੱਡੀ ਲੋਡ ਕਰ ਰਹੇ ਨੇ ਸਾਰੇ। ਯਾਦ ਪਿੰਡ ਲਾਲ ਦਾ ਸਟੇਸ਼ਨ ਆ ਇਹ ਕਿਸਾਨ ਬੈਠੇ ਆ ਰੇਲਵੇ ਲਾਈਨ 'ਤੇ, ਉਹਨੂੰ ਚੱਕ ਚੱਕ ਲਿਜਾ ਰਹੇ ਹਨ। ਉਹ ਦੇਖੋ ਆਹ ਦੇਖੋ ਹਰ ਜਗ੍ਹਾ ਲਿਜਾ ਰਹੇ ਨੇ। ਧੱਕੇ ਨਾਲ ਚੱਕ ਕੇ ਲਿਜਾ ਰਹੇ ਨੇ, ਧੱਕੇ ਨਾਲ ਚੱਕ ਕੇ ਲਿਜਾ ਰਹੇ ਨੇ ਸਾਰਿਆਂ ਨੂੰ। ਆਹ ਦੇਖੋ ਸਾਰਿਆਂ ਨੂੰ ਧੱਕੇ ਨਾਲ ਲਿਜਾ ਰਹੇ ਨੇ ਚੱਕ ਚੱਕ। ਹਾਂਜੀ ਆ ਜਾਓ ਆ ਜਾਓ, ਸਤਿ ਸ਼੍ਰੀ ਅਕਾਲ। ਆਹ ਦੇਖੋ ਧੱਕੇ ਨਾਲ ਕਿਸਾਨਾਂ ਨੂੰ ਜਿਹੜਾ ਕੰਮ ਕਰ ਰਹੇ ਉਹ ਨਹੀਂ ਕਰਦੇ ਵੀ ਮਤਲਬ ਮਿੱਲ ਚਲਾਇਆ ਜਾਵੇ ਸਾਰਾ ਗੰਨਾ ਲਿਆ ਜਾਵੇ, ਪਰ ਕੰਮ ਉਲਟ ਕਰ ਰਹੇ ਨੇ ਕਿਸਾਨਾਂ ਨੂੰ ਧੱਕੇ ਨਾਲ ਚੱਕ ਕੇ ਇੱਥੋਂ ਲੈਣ ਤੋਂ ਹਟਾ ਰਹੇ ਨੇ। ਇਹ ਸਾਰੇ ਕਿਸਾਨ ਜਿਹੜੇ ਇਹ ਪਹਿਲਾਂ ਧੂਰੀ ਧਰਨਾ ਰੱਖਿਆ ਸੀ ਉੱਥੇ ਫੋਰਸ ਲਾਤੀ, ਹੁਣ ਫੋਰਸ ਇੱਥੇ ਆ ਕੇ ਕਿ ਧਰਨੇ ਨੂੰ ਤਾਰੋ ਪੀੜ ਕਰਨ ਵਾਸਤੇ ਕਰ ਰਹੇ ਨੇ ਸਭ ਕੁਛ। ਉੱਧਰ ਕਿਸਾਨ ਉੱਧਰ ਉਹ ਦੇਖੋ ਜੀ ਪੁਲਿਸ ਦੇ ਜੀਪ ਦੇ ਵਿੱਚ ਬਹਾ ਲਏ ਜਿੰਨੇ ਕਿਸਾਨ ਆ ਸਾਰੇ, ਉਹ ਪੁਲਿਸ ਆ ਜਿਹੜੀ ਉਹ ਲੈ ਕੇ ਜਾ ਰਹੀ ਉਹਨਾਂ ਨੂੰ ਸਾਰਿਆਂ ਨੂੰ। ਹਾਂਜੀ ਆ ਭਗਵੰਤ ਮਾਨ ਦਾ ਸਿਆਪਾ ਕਰਦੇ ਹੋ ਸਾਰੇ ਵੀ ਭਗਵੰਤ ਮਾਨ ਨੇ ਜਿਹੜਾ ਕਰ ਰਿਹਾ ਗਲਤ ਕਰ ਰਿਹਾ, ਅਤੇ ਭਗਵੰਤ ਮਾਨ ਇਸ ਤੋਂ ਜਿੱਤਿਆ ਹੋਇਆ, ਇੱਥੋਂ ਲੋਕਾਂ ਨੇ ਵੋਟਾਂ ਪਾ ਕੇ ਉਹਨੂੰ ਜਿੱਤਿਆ ਆ, ਅੱਜ ਉਹ ਲੋਕਾਂ ਨੂੰ ਹੈਰਾਨ ਕਰ ਰਿਹਾ। ਉਹ ਜਦੋਂ ਵੱਡੇ ਪੱਧਰ ਦੇ ਉੱਤੇ ਕਿਸਾਨ ਇਕੱਠੇ ਹੋਏ ਇੱਥੇ ਅਫਸਰਾਂ ਕੋਲ ਲੈ ਕੇ ਜਾਵਾਂਗੇ, ਕੰਸਰਨਡ ਅਫਸਰਾਂ ਕੋਲ, ਤੁਸੀਂ ਆਪਣਾ ਜੋ ਵੀ ਆਪਦੀ ਮੰਗ ਰੱਖਣੀ ਉਹਨਾਂ ਕੋਲ ਰੱਖ ਲਿਓ, ਪਰ ਤੁਸੀਂ ਆਪ ਵਕੀਲ ਰੇਲਵੇ ਟਰੈਕ ਵੇਖੋ ਮੇਰੀ ਗੱਲ ਸੁਣੋ, ਅਸੀਂ ਮੰਗਾਂ ਦੀ ਗੱਲ ਨਹੀਂ ਕਰਨਾ ਇਹ, ਅਸੀਂ ਮੰਗਾਂ ਦੀ ਬਾਬਾ ਜੀ ਗੱਲ ਨਹੀਂ ਕਰਨਾ ਹੈ।
ਸਾਡੇ ਬੰਦਿਆਂ ਨੂੰ ਦੇਖੋ ਟ੍ਰੈਕ ਤੇ ਆਓ ਬੈਠੋ ਗੱਲ ਕਰਦੇ ਆ ਜੀ ਆਪਾਂ ਸਾਹਮਣੇ ਬੈਠ ਕੇ ਗੱਲ ਕਰਦੇ ਆ ਜੀ ਮੈਂ ਕਹਿੰਦਾ ਟ੍ਰੈਕ ਤਾਂ ਤੁਹਾਡੇ ਕੋਲ ਪਾਵਰ ਹੈਗੀ ਖਾਲੀ ਕਰਾਉਣ ਨੂੰ ਆਓ ਵੇਰੀ ਇੱਕ ਮਿੰਟ ਗੱਲ ਕਰਦੇ ਆ ਜਿਹੜੀ ਚੀਜ਼ ਜਾਣਾ ਸੀ ਉਹ ਮੇਰੀ ਗੱਲ ਸੁਣ ਜੇ ਇਹਨਾਂ